ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਔਰ ਅੱਜ ਮੈਂ ਪਹੁੰਚਿਆ ਵਾਂ ਬੜੀ ਖਾਸ ਜਗ੍ਹਾ ਦੇ ਉੱਤੇ। ਮਨ ਵੀ ਦੁਖੀ ਹੋ ਰਿਹਾ, ਲੇਕਿਨ ਨਾਲ ਹੀ ਨਾਲ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲੀਏ ਪੰਜਾਬ ਤਖ਼ਤ ਲਾਹੌਰ ਦਾ ਵਾਰਸ ਮਹਾਰਾਜਾ ਦਲੀਪ ਸਿੰਘ ਜਦੋਂ ਲੰਡਨ ਚਲਾ ਜਾਂਦਾ ਹੈ, ਉਹਦਾ ਮਜ਼ਹਬ ਬਦਲ ਦਿੱਤਾ ਜਾਂਦਾ ਹੈ, ਉਹਨੂੰ ਕ੍ਰਿਸਚਨ ਕਰ ਦਿੱਤਾ ਜਾਂਦਾ ਹੈ, ਅਤੇ ਉਹਦੀਆਂ ਜਿਹੜੀਆਂ ਬੇਟੀਆਂ ਨੇ ਉਹਨਾਂ ਦੇ ਵਿੱਚੋਂ ਉਹਦੀ ਇੱਕ ਬੇਟੀ ਪ੍ਰਿੰਸੈਸ ਬੰਬਾ, ਦੀ ਲਾਸਟ ਪ੍ਰਿੰਸੈਸ ਆਫ ਦੀ ਲਾਹੌਰ, ਗ੍ਰੈਂਡ ਡਾਟਰ ਆਫ ਮਹਾਰਾਜਾ ਰਣਜੀਤ ਸਿੰਘ ਔਰ ਡਾਟਰ ਆਫ ਮਹਾਰਾਜਾ ਦਲੀਪ ਸਿੰਘ। ਉਸਦੇ ਬਾਰੇ 'ਚ ਮੈਂ ਗੱਲ ਕਰਾਂਗਾ ਕਿ ਜਿਹੜੀ ਲੰਡਨ 'ਚ ਪੈਦਾ ਹੋਈ, ਲੇਕਿਨ ਉਹਨੇ ਲੰਡਨ 'ਚ ਮਰਨਾ ਕਬੂਲ ਨਹੀਂ ਕੀਤਾ। ਇਹਨੂੰ ਕਹਿੰਦੇ ਨੇ ਪੰਜਾਬੀ, ਇਹਨੂੰ ਕਹਿੰਦੇ ਨੇ ਪੰਜਾਬੀ ਆਤ, ਇਹਨੂੰ ਕਹਿੰਦੇ ਨੇ ਪੰਜਾਬ ਨਾਲ ਪਿਆਰ, ਆਪਣੀ ਧਰਤੀ ਨਾਲ ਪਿਆਰ। ਹਾਏ ਵਾਹ ਮੇਰੇ ਮੋਲਾ, ਕੀ ਕਹਿੰਦੇ ਨੇ ਕਿ ਧੀਆਂ ਰਾਣੀਆਂ ਕਿੱਥੇ ਜੰਮੀਆਂ ਅਤੇ ਕਿੰਨਾ ਲੈ ਜਾਣੀਆਂ, ਅਤੇ ਉਹੀ ਗੱਲ ਆ ਜਾਂਦੀ ਹੈ। ਆਓ ਤੁਹਾਨੂੰ ਲੈ ਚੱਲਦੇ ਹਾਂ ਅੱਜ ਅਸੀਂ ਪੰਜਾਬ ਦੀ ਉਸ ਸੋਹਣੀ ਧੀ ਦੀ ਗ੍ਰੇਵ ਦੇ ਉੱਤੇ, ਕਬਰ ਦੇ ਉੱਤੇ। ਇਹ ਕ੍ਰਿਸਚੀਅਨ ਗ੍ਰੇਵਯਾਰਡ ਹੈ, ਜਿਹਨੂੰ ਕਿ ਗੋਰਾ ਕਬਰਸਤਾਨ ਲਾਹੌਰ ਕੰਟੋਨਮੈਂਟ ਦੇ ਵਿੱਚ ਕਿਹਾ ਜਾਂਦਾ ਹੈ। ਇਹ ਤੁਸੀਂ ਦੇਖ ਸਕਦੇ ਹੋ, ਇਹ ਉਹ ਕਬਰਸਤਾਨ ਹੈ ਜਿੱਥੇ ਕਿ ਪ੍ਰਿੰਸੈਸ ਬੰਬਾ ਜਿਹੜੀ ਹੈ ਦਫਨ ਹੈ ਜਾਂ ਉਹਦੀ ਗ੍ਰੇਵ ਹੈ। ਆਓ ਜੀ, ਮੈਂ ਤੁਹਾਨੂੰ ਉਹਨਾਂ ਦੀ ਵਸੀਅਤ ਕੁਛ ਦੱਸਦਾ ਚੱਲਣਾ ਵਾਂ। ਉਹਨਾਂ ਦੀ ਵਸੀਅਤ ਦੇ ਮੁਤਾਬਕ ਜਦੋਂ ਉਹ ਦੁਨੀਆਂ ਤੋਂ ਗਏ, ਅਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਵੀ ਮੇਰੀ ਕਬਰ 'ਤੇ ਆਵੇ ਉਹ ਰੈੱਡ ਫਲਾਵਰ ਲੈ ਕੇ ਆਵੇ। ਠੀਕ ਹੈ ਜੀ, ਇਹਨਾਂ ਨੂੰ ਰੈੱਡ ਫਲਾਵਰ ਪ੍ਰਿੰਸੈਸ ਵੀ ਕਿਹਾ ਜਾਂਦਾ, ਸੁਰਖ ਫੁੱਲਾਂ ਵਾਲੀ ਸ਼ਹਿਜ਼ਾਦੀ। ਹਾਏ ਧੰਨ ਧੀ ਪੰਜਾਬ ਦੀ, ਜਿਹੜੀ ਕਿ ਮੈਂ ਕਹਾਂਗਾ ਕਿ ਲਾਹੌਰ ਦੀ ਦੋਤਰਵਾਣ ਪੋਤਰਵਾਣ ਲਾਹੌਰ ਦੀ ਪੋਤਰੀ ਸੀ, ਮਹਾਰਾਜਾ ਰਣਜੀਤ ਸਿੰਘ ਦੀ ਗ੍ਰੈਂਡ ਡਾਟਰ ਪ੍ਰਿੰਸੈਸ ਬੰਬਾ। ਜੀ ਹਾਂ ਜੀ, ਮੈਂ ਮਹਾਰਾਜਾ ਦਲੀਪ ਸਿੰਘ, ਥੋੜ੍ਹੇ ਹੀ ਮਹੀਨੇ ਗੁਜ਼ਰੇ ਨੇ ਕਿ ਜਦੋਂ ਬਲੈਕ ਪ੍ਰਿੰਸ ਫਿਲਮ ਰਿਲੀਜ਼ ਹੋਈ, ਅਤੇ ਉਸ ਵੇਲੇ ਮੇਰਾ ਬੜਾ ਮਨ ਦੁਖੀ ਹੋਇਆ। ਮੈਂ ਪੂਰੀ ਤਾਂ ਨਹੀਂ ਦੇਖ ਪਾਇਆ ਕਿਉਂਕਿ ਥੋੜ੍ਹੀ ਜਿਹੀ ਬਾਇਸ ਸਟੋਰੀ ਵੀ ਹੈ ਉਹਦੇ ਵਿੱਚ, ਅਤੇ ਇਸ ਵਾਸਤੇ ਅੱਜ ਮੈਂ ਲਾਹੌਰ ਆਪਣੇ ਕਿਸੇ ਡੋਮੈਸਟਿਕ ਕੰਮ ਤੋਂ ਆਇਆ ਸੀ ਔਰ ਘਰ ਦੇ ਕੋਈ ਮਾਮਲਾ ਦੇਖਣ ਵਾਸਤੇ ਆਇਆ ਸੀ, ਅਤੇ ਮੈਂ ਕਿਹਾ ਚਲੋ ਮੈਂ ਚੱਲਣਾ ਵਾਂ। ਔਰ ਮੈਨੂੰ ਯਾਦ ਆਇਆ ਕਿ ਰਸਤੇ ਦੇ ਵਿੱਚ ਪੈਂਦਾ ਹੈ ਗੋਰਾ ਕਬਰਸਤਾਨ। ਅੱਜ ਮੈਂ ਪਹੁੰਚਿਆ ਵਾਂ ਗੋਰਾ ਕਬਰਸਤਾਨ 'ਤੇ, ਜਿਹਨੂੰ ਬ੍ਰਿਟਿਸ਼ ਗ੍ਰੇਵਯਾਰਡ ਕਿਹਾ ਜਾਂਦਾ, ਜਿਹੜਾ ਕਿ 1857 ਦੇ ਵਿੱਚ ਵਸਾਇਆ ਗਿਆ ਸੀ। ਦੇਖੋ ਇਹਦੇ ਅੰਦਰ ਕਦੀ ਕਦਾਰ 'ਤੇ ਇਨਸਾਨ ਕਹਿੰਦਾ ਹੈ ਨਾ ਕਿ ਬਹੁਤ ਖਾਸ ਚੀਜ਼ਾਂ ਮਿਲ ਜਾਂਦੀਆਂ ਨੇ ਜਦੋਂ ਇਨਸਾਨ, ਅਤੇ ਪ੍ਰਿੰਸੈਸ ਬੰਬਾ ਫਸਟ ਟਾਈਮ ਜਿਹੜਾ ਫੈਜ਼ਾਨ ਨਕਵੀ ਦੇ ਨਾਲ ਲਾਹੌਰ ਦੇ ਖੋਜੀ ਦੇ ਨਾਲ ਮੈਂ ਇੱਥੇ ਆਇਆ ਸੀ, ਔਰ ਅਸੀਂ ਅਮਰਦੀਪ ਸਿੰਘ ਜੀ ਨੂੰ ਲੈ ਕੇ ਆਏ ਸੀ, ਟਰੈਵਲ ਰਾਈਟਰ ਜਿਹੜੇ ਨੇ ਉਹਨਾਂ ਨੂੰ ਲੈ ਕੇ ਆਏ ਸੀ ਨਾਲ ਇੱਥੇ। ਔਰ ਸਮਝ ਲਓ ਕਿ ਉਸ ਦਿਨ ਅਸੀਂ ਪਹਿਲੀ ਵਾਰ ਫੈਜ਼ਾਨ ਨਕਵੀ, ਅਮਰਦੀਪ ਜੀ ਔਰ ਮੈਂ ਅਸੀਂ ਇਕੱਠੇ ਆਏ ਸਾਂ, ਅਤੇ ਇਸ ਜਗ੍ਹਾ 'ਤੇ ਆਏ ਸੀ। ਆਓ ਅਸੀਂ ਪਹਿਲੇ ਤਾਂ ਚੜ੍ਹਦੇ ਹਾਂ, ਪ੍ਰਿੰਸੈਸ ਦੀ ਵਸੀਅਤ ਦੇ ਮੁਤਾਬਕ ਜਿਹੜੀ ਉਹਨਾਂ ਦੀ ਵਿਲ ਸੀ ਕਿ ਮੇਰੀ ਕਬਰ 'ਤੇ ਜਿਹੜਾ ਵੀ ਆਵੇ। ਪਹਿਲੇ ਅਸੀਂ ਗ੍ਰੇਵ ਨੂੰ ਧਵਾਇਆ ਹੈ, ਧਵਾਉਣ ਤੋਂ ਬਾਅਦ ਅਸੀਂ ਫੁੱਲ ਲੈ ਕੇ ਆਏ ਹਾਂ। ਹਾਂਜੀ, ਇਹ ਲਿਖਿਆ ਹੋਇਆ ਇੱਥੇ ਦੇਅਰ ਲਾਇਜ਼ ਇਨ ਐਟਰਨਲ ਪੀਅਰਸ ਦੀ ਪ੍ਰਿੰਸੈਸ ਬੰਬਾ ਸਵਿਟਜ਼ਰਲੈਂਡ ਐਲਡੈਸਟ ਡਾਟਰ ਆਫ ਮਹਾਰਾਜਾ ਦਲੀਪ ਸਿੰਘ ਐਂਡ ਗ੍ਰੈਂਡ ਡਾਟਰ ਆਫ ਮਹਾਰਾਜਾ ਰਣਜੀਤ ਸਿੰਘ ਆਫ ਲਾਹੌਰ, ਬੋਰਨ ਇਨ 29th September 1869 in London, died on 10th March 1957 at Lahore. Farke shahi o bandagi o barkhast chuo qazae noshta ayada ayada pesh gur kase khak murda o bazakand na shanasae tu tu angras darwish. Aakhri aramga urdu text de vich likhya hoya nali, ਉਰਦੂ ਟੈਕਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਇਹ ਲਿਖਿਆ ਹੋਇਆ ਆਖਰੀ ਆਰਾਮਗਾਹ ਸ਼ਹਿਜ਼ਾਦੀ ਬੰਬਾ ਸਦਰਲੈਂਡ ਦਫ਼ਤਰੇ ਕਲਾਂ ਮਹਾਰਾਜਾ ਰਣਜੀਤ ਸਿੰਘ ਵ ਪੋਤੀ ਮਹਾਰਾਜਾ ਦਲੀਪ ਸਿੰਘ ਵ ਪੋਤੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਵਿਲਾਦਤ 29 September 1869 ਤਾਂ ਵਫਾਤ ਡੈਥ
ਟਾਈਮ 10 ਮਾਰਚ 1957 ਔਰ ਅੱਗੇ ਫਿਰ ਫਾਰਸੀ ਦੇ ਵਿੱਚ ਲਿਖਿਆ ਆਵਰ ਓ ਬਾਜ਼ਤਾ ਰਾਬਮ ਅਵਲ ਬਾਜੂਦ ਜਜ਼ੀਰਾ ਤੁਮ ਅਜ਼ ਹਯਾਤ ਚੀਜ਼ ਆਏ ਨਫਰੋਦ ਰਫੀਕਮ ਬਾਕਰਾ ਵੰਦਾ ਨਈਮ ਚਾ ਬੂਦੋ ਜ਼ੈਨ ਆਮਦਨ ਵਾਬੂਦਨ ਵਰਤਨ ਮਕਸੂਦ ਉਮਰ ਤੋਚਾ ਦੋ ਸਦ ਵਚਦ ਸੈਸਦ ਵਚਾਦ ਹਜ਼ਾਰ ਜ਼ੀ ਕਨਾ ਸਰਬਰਾਦਾ ਨੇ ਬ੍ਰੰਦਤ ਨਾਚਾਰ ਗਿਰਦ ਬਾਸ਼ੇ ਵਾਗਰ ਗਿਰਦਾਏ ਬਾਜ਼ਾਰ ਏ ਹਰ ਦੋਬੇਖ ਨਰਖ ਬੂਦੋ ਆਖਾਰ ਏ ਵਾਕਿਫ ਅਸ ਜ਼ਮੀਰ ਹਰ ਕਸ ਦਰ ਹਾਲਤ ਅਜਜ਼ ਦਸਤਗੀਰ ਹਮ ਕਸ ਯਾ ਰਬ ਤੂੰ ਮੇਰਾ ਤੋਬਾ ਓ ਦੁਆਓ ਅਜ਼ਰ ਪਜ਼ੀਰ ਏ ਤੋਬਾ ਦੁਆਓ ਅਜ਼ਰ ਪਜ਼ੀਰ ਦਿਸ ਮੋਨੂਮੈਂਟ ਇਜ਼ ਇਰੈਕਟਿਡ ਬਾਏ ਹਰ ਸੈਕਟਰੀ ਪੀਰ ਕਰੀਮ ਬਖਸ਼ ਸੁਪਰਾ ਇਹਨਾਂ ਦੇ ਜਿਹੜੇ ਪੀਰ ਕਰੀਮ ਬਖਸ਼ ਸੁਪਰਾ ਸਨ ਉਹਨਾਂ ਨੇ ਇਹ ਸਾਰੀ ਕਬਰ ਦੀ ਜਿਹੜੀ ਹੈ ਉਹ ਸੇਵਾ ਕਰਾਈ ਹੈ ਔਰ ਮੈਂ ਪਹੁੰਚਿਆ ਸੀ ਅੱਜ ਪ੍ਰਿੰਸਿਸ ਬੰਬਾ ਜੀ ਇਮਰਾਨ ਵਿਲੀਅਮ ਵੈਲਕਮ ਮੈਂ ਗੋਰਾ ਕਬਰਸਤਾਨ ਦੇ ਵਿੱਚ ਹਾਂ ਆਉਣਾ ਚਾਹੋ ਤਾਂ ਮਿਲ ਸਕਦੇ ਹੋ ਔਰ ਇਹ ਹੈ ਗਰੇਵ ਉਹ ਆਹ ਦੇਖ ਲਓ ਜੀ ਅਸੀਂ ਇਹਨਾਂ ਨੂੰ ਧਵਾਈ ਕਰਾ ਕੇ ਔਰ ਫੁੱਲ ਜਿਹੜੇ ਹੈ ਉਹ ਚਾੜੇ ਨੇ ਜੋ ਕਿ ਪ੍ਰਿੰਸਿਸ ਬੰਬਾ ਦੀ ਵਿਲ ਸੀਗੀ ਔਰ ਮੈਨੂੰ ਬੜੀ ਖੁਸ਼ੀ ਹੈ ਅੱਜ ਕਿ ਮੈਂ ਇੱਕ ਵਾਰੀ ਫਿਰ ਪ੍ਰਿੰਸਿਸ ਬੰਬਾ ਦੀ ਗਰੇਵ ਦੇ ਉੱਤੇ ਆਇਆ ਹੋਇਆ ਵਾਂ ਅਤੇ ਪੋਤਰੀ ਹੈ ਜੀ ਪੂਰੇ ਪੰਜਾਬ ਦੀ ਪੋਤਰੀ ਹੈ ਔਰ ਖਾਸ ਕਰਕੇ ਤਖ਼ਤ ਲਾਹੌਰ ਵਾਲਿਆਂ ਦੀ ਪੋਤਰੀ ਹੈ ਇੱਥੇ ਤਾਂ ਬੜਾ ਕੁਛ ਹੋਇਆ ਔਰ ਬੜਾ ਕੁਛ ਦੇਖਿਆ ਗਿਆ ਔਰ ਕਿਹਾ ਜਾਂਦਾ ਹੈ ਕਿ ਬੜੇ ਆਖਰੀ ਜਿਹੜੇ ਅਲਕਾਫ ਸਣੀਆਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਲਾਹੌਰ 'ਚ ਮਸ਼ਹੂਰ ਨੇ ਅਤੇ ਉਹ ਇਹੀ ਕਿਹਾ ਜਾਂਦਾ ਸੀ ਕਿ ਵੀ ਮੈਂ ਇੱਕ ਸ਼ਹਿਜ਼ਾਦੀ ਹਾਂ ਇੱਕ ਜੀ ਇਹਨਾਂ ਦੀ ਅੱਗੇ ਜਿਹੜੀ ਫੈਮਿਲੀ ਹੈ ਉਹਦੇ ਬਾਰੇ ਕੋਈ ਇਲਮ ਨਹੀਂ ਹੈ ਕਿ ਇਹਨਾਂ ਦੀ ਕੋਈ ਅੱਗੇ ਫੈਮਿਲੀ ਹੈ ਸੀ ਜਾਂ ਨਹੀਂ ਸੀ ਕੋਈ ਡਿਟੇਲ ਖਾਸ ਨਹੀਂ ਮਿਲਦੀ ਹੈ ਲੇਕਿਨ ਇਹਨਾਂ ਨੇ ਉੱਥੇ ਮਰਨਾ ਕਬੂਲ ਨਹੀਂ ਸੀ ਕੀਤਾ ਲੰਡਨ ਤੋਂ ਲਾਹੌਰ ਸ਼ਿਫਟ ਹੋ ਗਏ ਸੀ ਮਾਡਲ ਟਾਊਨ ਦੇ ਵਿੱਚ ਇਹਨਾਂ ਦਾ ਬੰਗਲਾ ਸੀ ਔਰ ਅੱਜ ਮਤਲਬ ਕਿ ਉਹ ਸ਼ਹਿਜ਼ਾਦੀ ਜਿਨ੍ਹਾਂ ਦੇ ਚਾਹਣ ਵਾਲੇ ਔਰ ਜਿਨ੍ਹਾਂ ਦੇ ਪੰਥ ਦੇ ਲੋਕ ਪੂਰੀ ਦੁਨੀਆ ਦੇ ਉੱਤੇ ਇੱਕ ਸਮਝ ਲਓ ਕਿ ਉਹਨਾਂ ਦਾ ਰਾਜ ਹੈ ਇੰਨੀ ਰਿਚ ਸੁਸਾਇਟੀ ਹੈ ਔਰ ਇੱਕ ਇਕੱਲੀ ਕਬਰ ਜਿਹੜੀ ਹੈ ਇੱਥੇ ਗਰੇਵ ਜਿਹੜੀ ਹੈ ਪ੍ਰਿੰਸਿਸ ਬੰਬਾ ਦੀ ਹੈ ਅਤੇ ਜਦੋਂ ਵੀ ਅਸੀਂ ਪਹਿਲੇ ਵੀ ਜਦੋਂ ਆਏ ਸੀ ਉਦੋਂ ਵੀ ਇਸੇ ਤਰ੍ਹਾਂ ਹੀ ਪਹਿਲੇ ਧਵਾਈ ਕਰਾਈ ਗਈ ਫਿਰ ਉੱਤੇ ਫੁੱਲ ਚੜ੍ਹੇ ਗਏ ਅਤੇ ਸੇਮ ਲਾਈਕ ਅੱਜ ਵੀ ਅਸੀਂ ਉਸੇ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਕਿ ਪਹਿਲੇ ਕੀਤਾ ਸੀ ਔਰ ਸ਼ੀ ਇਜ਼ ਦਾ ਗ੍ਰੈਂਡ ਡਾਟਰ ਆਫ ਲਾਹੌਰ ਮੈਂ ਕਹਾਂਗਾ ਕਿ ਇਹ ਸਾਡੀ ਲਾਹੌਰ ਦੀ ਪੋਤਰੀ ਹੈ ਇਸ ਵਾਸਤੇ ਮੈਂ ਅੱਜ ਇਹਦੀ ਕਬਰ 'ਤੇ ਆਇਆ ਸੀ ਔਰ ਉਹਨਾਂ ਦੀ ਵਿਲ ਵੀ ਜਿਹੜੀ ਹੈ ਉਹ ਵੀ ਪੜ੍ਹੀ ਹੈ ਔਰ ਨਾਲ ਹੀ ਜਿਹੜੀ ਉਰਦੂ ਦੇ ਵਿੱਚ ਔਰ ਫਾਰਸੀ ਦੇ ਵਿੱਚ ਔਰ ਇੰਗਲਿਸ਼ ਦੇ ਵਿੱਚ ਟੈਕਸਟ ਨੇ ਉਹ ਵੀ ਤੁਹਾਨੂੰ ਦੱਸੇ ਨੇ 90 ਸਾਲ ਦੀ ਉਮਰ ਦੇ ਵਿੱਚ ਜਿਹੜੀ ਹੈ ਮਹਾਰਾਣੀ ਯਾਨੀ ਕਿ ਸਾਡੀ ਸ਼ਹਿਜ਼ਾਦੀ ਜਿਹੜੀ ਸੀ ਇਹ ਲਾਹੌਰ ਦੀ ਇਹ ਦੁਨੀਆ ਤੋਂ ਚਲੀ ਗਈ ਔਰ ਬਹੁਤ ਜ਼ਿਆਦਾ ਸਾਰਾ ਕੁਛ ਕਈ ਵਾਰੀ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਲੋਕਾਂ ਦੇ ਸਾਹਮਣੇ ਆਉਂਦੀਆਂ ਨੇ ਅਤੇ ਕਹਿੰਦੀਆਂ ਸਨ ਕਿ ਮੈਂ ਲਾਹੌਰ ਦੀ ਵਾਰਸ ਹਾਂ ਮੈਂ ਲਾਹੌਰ ਦੀ ਆਖਰੀ ਵਾਰਸ ਹਾਂ ਇਹ ਗੱਲਾਂ ਅਸੀਂ ਲਾਹੌਰ ਦੇ ਵਿੱਚ ਸੁਣਨੇ ਹਾਂ ਜੀ ਲਾਹੌਰ ਜਿਹੜਾ ਸਾਡਾ ਮੇਰੇ ਪੁਰਖਾਂ ਦਾ ਹੈ ਅਤੇ ਇਮਰਾਨ ਜੀ ਮੈਂ ਕਿਸੇ ਦਿਨ ਟਾਈਮ ਕੱਢ ਕੇ ਹਾਲੇ ਮੈਂ ਟਾਈਮ ਨਹੀਂ ਹੈਗਾ ਲੇਕਿਨ ਇਹ ਹੈ ਕਿ ਮੈਂ ਸਿਰਫ ਇਸ ਗਰੇਵ ਨੂੰ ਦਿਖਾਉਣ ਵਾਸਤੇ ਅੱਜ ਜਿਹੜਾ ਸੀ ਮੈਂ ਇੱਥੇ ਪਹੁੰਚਿਆ ਸੀ ਹਾਂਜੀ ਉਮੀਦ ਕਰਦਾ ਹਾਂ ਕਿ ਅੱਜ ਦਾ ਮੇਰਾ ਇਹ ਸਰਪ੍ਰਾਈਜ਼ ਜਿਹੜਾ ਹੈ ਪ੍ਰਿੰਸਿਸ ਬੰਬਾ ਦੀ ਗਰੇਵ ਵਾਲਾ ਜਿਹੜਾ ਹੈ ਉਹ ਤੁਹਾਨੂੰ ਪਸੰਦ ਆਇਆ ਹੋਏਗਾ ਔਰ ਤੁਹਾਨੂੰ ਤੁਸੀਂ ਇਹ ਅਚਾਨਕ ਜਿਹੜੀ ਡਿਸਕਵਰੀ ਹੈ ਇਹਦੇ ਬਾਰੇ 'ਚ ਮੈਂ ਦੱਸਿਆ ਨਹੀਂ ਸੀ ਹਮੇਸ਼ਾ ਦੀ ਤਰ੍ਹਾਂ ਕੋਈ ਨਾ ਕੋਈ ਇੱਕਦਮ ਖੜਾਕ ਕਰ ਦਿੰਦਾ ਹੁੰਦਾ ਵਾਂ ਮੈਂ ਅਤੇ ਉਸੇ ਖੜਾਕ ਦੇ ਵਿੱਚ ਮੈਂ ਪ੍ਰਿੰਸਿਸ ਬੰਬਾ ਦੀ ਜਿਹੜੀ ਹੈ ਕਬਰ ਉਹ ਤੁਹਾਨੂੰ ਮੈਂ ਦਿਖਾਉਣ ਲਈ ਇੱਥੇ ਪਹੁੰਚ ਗਿਆ ਲਾਹੌਰ ਜ਼ਫਰ ਅਲੀ ਰੋਡ ਦੇ ਉੱਤੇ ਜਾਂ ਕੰਟੋਨਮੈਂਟ ਰੋਡ ਦੇ ਉੱਤੇ ਜਾਂਦੇ ਹੋਏ ਤੁਹਾਨੂੰ ਗੋਰਾ ਕਬਰਸਤਾਨ ਯਾਨੀ ਕਿ ਬ੍ਰਿਟਿਸ਼ ਗ੍ਰੇਵਯਾਰਡ ਜਿਹੜਾ ਉਹ ਕ੍ਰਿਸਚਨ ਗ੍ਰੇਵਯਾਰਡ ਹੈ ਉਹ ਮਿਲਦਾ ਉਹਦੇ ਅੰਦਰ ਅਗਰ ਤੁਸੀਂ ਹਾਰਡਲੀ ਕੋਈ 40 ਤੋਂ 50 ਫੁੱਟਸਟੈਪ ਲੈਂਦੇ ਹੋ ਅਤੇ ਤੁਹਾਨੂੰ ਜਿਹੜਾ ਸਾਊਥ ਤੋਂ ਨੌਰਥ ਵਾਲੀ ਸਾਈਡ ਦੇ ਉੱਤੇ ਅਗਰ ਆਓ ਤੁਸੀਂ ਤਾਂ ਇੱਕ ਨਿੰਮ ਦਾ ਦਰਖਤ ਹੈ ਨਿੰਮ ਦੇ ਦਰਖਤ ਦੇ ਥੱਲੇ ਇਹ ਕਬਰ ਜਿਹੜੀ ਹੈ ਮੌਜੂਦ ਹੈ ਔਰ ਬਾਹਰ ਜਿਹੜੇ ਗੇਟ ਕੀਪਰ ਨੇ
ਜਿਹੜੇ ਇੱਥੇ ਦੇ ਸੇਵਾਕਾਰ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਪ੍ਰਿੰਸੈਸ ਬੰਬਾ ਦੀ ਜਿਹੜੀ ਗਰੇਬ ਹੈ ਉਹ ਪਹਿਲੀ ਰੋਹ ਛੱਡ ਕੇ ਦੂਸਰੀ ਰੋਹ ਦੇ ਵਿੱਚ ਹੈ ਅਤੇ ਇਸ ਵਾਸਤੇ ਉਹਨੂੰ ਲੱਭਣਾ ਕੋਈ ਔਖਾ ਨਹੀਂ ਹੈ, ਬਹੁਤ ਆਸਾਨ ਹੈ ਅਗਰ ਗੇਟ ਵਾਲਿਆਂ ਨੂੰ ਆ ਕੇ ਦੱਸੋ ਔਰ ਪੂਰੀ ਸੇਵਾ ਮਤਲਬ ਕਿ ਥੋੜ੍ਹੀ ਜਿਹੀ ਅਮਾਊਂਟ ਦੇ ਵਜ ਉਹ ਤੁਹਾਨੂੰ ਕਬਰ ਨੂੰ ਗਰੇਬ ਨੂੰ ਧੋ ਕੇ ਵੀ ਦਿੰਦੇ ਹੈ, ਨਾਲ ਫੁੱਲ ਵੀ ਲਿਆ ਕੇ ਦਿੰਦੇ ਹੈ ਕਿ ਜੋ ਉਹਨਾਂ ਦੀ ਵਿਲ ਸੀਗੀ ਉਹ ਦੱਸਦੇ ਵੀ ਹੈ ਕਿ ਵੀ ਪ੍ਰਿੰਸੈਸ ਬੰਬਾ ਦੀ ਵਿਲ ਹੈ ਕਿ ਜਿਹੜਾ ਮੇਰੀ ਗਰੇਵ 'ਤੇ ਆਵੇ, ਜਿਹੜਾ ਮੇਰੀ ਕਬਰ 'ਤੇ ਆਵੇ ਉਹ ਆ ਕੇ ਪਹਿਲੇ ਫੁੱਲ ਚਾੜੇ। ਠੀਕ ਹੈ ਜੀ, ਅਤੇ ਮੈਂ ਹੀ ਕਹਾਂਗਾ ਕਿ ਫਿਰ ਇਨਸਾਨ ਨੂੰ ਇਨਸਾਨ ਦੀ ਨਜ਼ਰ ਨਾ ਦੇਖੋ, ਧਰਮਾਂ 'ਚ ਨਾ ਤੋਲੋ, ਇਹ ਸਾਰਾ ਕੁਛ ਦੇਖੋ ਮਿੱਟੀ ਨੇ ਕੀ ਕੁਛ ਖਾ ਲਿਆ, ਕਦੀ ਦਾਰਾ ਕਦੀ ਸਿਕੰਦਰ, ਪਤਾ ਨਹੀਂ ਲੱਗਾ ਕਿੱਥੇ ਗਏ ਵੱਡੇ ਵੱਡੇ। ਮੈਂ ਨਹੀਂ ਹੋਣੀ ਚਾਹੀਦੀ, ਆਜ਼ੀ ਹੋਣੀ ਚਾਹੀਦੀ ਹੈ, ਪਿਆਰ ਹੋਣਾ ਚਾਹੀਦਾ, ਮੁਹੱਬਤ ਹੋਣਾ ਚਾਹੀਦਾ ਹਮੇਸ਼ਾ ਤੋਂ। ਮੈਸੇਜ ਰਿਹਾ ਔਰ ਅੱਗੇ ਵੀ ਇਨਸ਼ਾਅੱਲਾ ਇਹਦੇ 'ਤੇ ਹੀ ਕਾਰਬੰਦ ਰਹਾਂਗਾ ਮੈਂ ਵੀ। ਔਰ ਬਹੁਤ ਵਧੀਆ ਲੱਗਾ ਜੀ ਅੱਜ ਪਹੁੰਚ ਕੇ ਮੈਨੂੰ ਇੱਥੇ। ਠੀਕ ਹੈ ਜੀ, ਰੱਬ ਰਾਖਾ। ਯੂ ਆਰ ਵਾਚਿੰਗ ਦੀ ਗ੍ਰੇਵ ਆਫ ਪ੍ਰਿੰਸੈਸ ਬੰਬਾ, ਦੀ ਗ੍ਰੈਂਡ ਡਾਟਰ ਆਫ ਮਹਾਰਾਜਾ ਰਣਜੀਤ ਸਿੰਘ, ਦੀ ਲਾਸਟ ਪ੍ਰਿੰਸੈਸ ਆਫ ਲਾਹੌਰ, ਪਲੀਜ਼ ਨਾਲ ਨਾਲ ਸ਼ੇਅਰ ਕਰਦੇ ਜਾਓ, ਲੇਕਿਨ ਡਾਇਰੈਕਟਲੀ ਪੇਜ ਤੋਂ ਕਰਿਆ ਕਰੋ ਪਲੀਜ਼। ਮੈਨੂੰ ਫਤਿਹ ਚੈਨਲ ਤੋਂ ਹੋਰ ਦੋ ਤਿੰਨ ਚੈਨਲਸ ਤੋਂ ਕੰਪਲੇਨ ਹੈ ਕਿ ਉਹ ਜਿਹੜੇ ਲੋਕ ਮੇਰੀ ਜਿਹੜੀਆਂ ਵੀਡੀਓਜ਼ ਨੇ ਡਾਊਨਲੋਡ ਕਰਕੇ ਅਤੇ ਫਿਰ ਪਾਉਂਦੇ ਨੇ। ਥੈਂਕ ਯੂ ਜੀ, ਰੱਬ ਰਾਖਾ।